ਅਸੀਂ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਜੋ ਪਿੰਡਾਂ ਦੇ ਲੋਕਾਂ ਦੇ ਨਾਲ ਸਾਡਾ ਰੁਤਬਾ ਹੈ ਪਿੰਡਾਂ ਦੇ ਵਿੱਚ ਅਸੀਂ ਰਹਿੰਦੇ ਆ ਤਾਂ ਅਸੀਂ ਪਿੱਛੇ ਨਹੀਂ رہ ਸਕਦੇ ਅੱਜ ਕਿਸਾਨਾਂ ਦੇ ਨਾਲ ਜੋ ਸੈਂਟਰ ਸਰਕਾਰ ਨੇ ਧੱਕਾ ਕੀਤਾ ਹੈ ਜਦੋਂ ਕਿ ਪੰਜਾਬ ਦੇ ਲੋਕ ਅੱਜ ਸਾਰੇ ਸੜਕਾਂ ਦੇ ਉੱਤੇ ਆਏ ਬੈਠੇ ਨੇ ਤਾ ਸਾਡੇ ਜਥੇਬੰਦੀ ਨੇ ਵੀ ਫੈਸਲਾ ਕੀਤਾ ਪੰਜਾਬ ਲੈਵਲ ਤੇ ਕਿ ਅਸੀਂ ਵੀ ਕਿਸਾਨਾਂ ਦੇ ਹੱਕ ਚ ਆ ਤੇ ਕਿਸਾਨਾਂ ਦੇ ਨਾਲ ਲੜਾਂਗੇ ਔਰ ਜਦ ਤੱਕ ਕਿਸਾਨ ਸੜਕਾਂ ਤੇ ਬੈਠ ਕੇ ਆਪਣੇ ਮਸਲੇ ਹੱਲ ਨਹੀਂ ਕਰਵਾਉਂਦੇ ਔਰ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਕਿਸਾਨਾਂ ਦਾ ਪੂਰਾ ਪੂਰਾ ਸਾਥ ਦੇਵੇਗੀ ਜਿੱਥੋਂ ਤੱਕ ਪੰਜਾਬ ਦੀ ਸਿਆਸਤ ਦਾ ਚ ਲੀਡਰਾਂ ਦਾ ਕੀ ਅਸੀਂ ਤਾਂ ਇਹ ਵੀ ਗੱਲ ਕਹਿੰਨੇ ਆ ਕਿ ਜਿਵੇਂ ਕਿਸਾਨ ਜਥੇਬੰਦੀਆਂ ਨੇ ਅੱਜ ਜ਼ਰੂਰ ਥੇ ਇਕੱਠੇ ਹੋਣ ਦਾ ਇੱਕ ਜਗ੍ਹਾ ਤੇ ਇਕੱਠਿਆਂ ਹੋ ਕੇ ਲੜਨ ਦਾ ਜਿਹੜੀਆਂ ਅੱਜ ਦੇ ਲੀਡਰ ਨੇ ਜਿਹੜੇ ਦੇਸ਼ ਨੂੰ ਲੁੱਟ ਰਹੇ ਨੇ ਚਾਹ ਪੰਜਾਬ ਨੂੰ ਲੁੱਟ ਰਹੇ ਨੇ ਇਹਨਾਂ ਦਾ ਕੰਮ ਸਿਰਫ ਲੁੱਟਣਾ ਔਰ ਦੋ ਤਿੰਨ ਮਹੀਨਿਆਂ ਚ ਮਾਹੌਲ ਬਣਾ ਕੇ ਵੋਟਾਂ ਲੈ ਕੇ ਮੁੜ ਕੇ ਲੋਕਾਂ ਨੂੰ ਕੁੱਟਣਾ ਸਾਡੇ ਲੋਕ ਅੱਜ ਤੱਕ ਸਮਝੇ ਨਹੀਂਗੇ ਅੱਜ ਮੌਕਾ ਆਇਆ ਪੰਜਾਬ ਦੇ ਲੋਕਾਂ ਦੇ ਵਾਸਤੇ ਅੱਜ ਬਹੁਤ ਵੱਡਾ ਮੌਕਾ ਆਇਆ ਕਿ ਇਕੱਠੇ ਹੋ ਕੇ ਇਸ ਲੜਾਈ ਨੂੰ ਲੜਿਆ ਜਾਵੇ ਜੇਕਰ ਲਗ ਲਗ ਤੌਰ ਤੇ ਇਸ ਤਰ੍ਹਾਂ ਲੜਦੇ ਰਹੇ ਤਾਂ ਸ਼ਾਇਦ ਉਹ ਮਕਾਮ ਪੂਰਾ ਨਾ ਹੋਵੇ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਜ਼ਰੂਰਤ ਹੈ ਇਕੱਠੇ ਹੋਣ ਦੀ ਮੇਰੀ ਬੇਨਤੀ ਇਹੀ ਹੋਏਗੀ ਕਿ ਝੰਡਾ ਤੇ ਡੰਡਾ ਇੱਕ ਕਰ ਲੋ ਜੇ ਇਸ ਮਸਲੇ ਨਾਲ ਲੜਨਾ ਤਾਂ ਜਦ ਤੱਕ ਝੰਡਾ ਤੇ ਡੰਡਾ ਇੱਕ ਨਹੀਂ ਹੁੰਦਾ ਤੱਕ ਤੱਕ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅਸੀਂ ਵੀ ਦੇਖਿਆ ਬੇਸ਼ੱਕ ਸਾਡਾ ਇੱਕ ਛੋਟਾ ਜਿਹਾ ਮਸਲਾ ਮੈਂ ਕੋਈ ਲੀਡਰ ਨਹੀਂਗਾ ਨਾਮ ਕੋਈ ਮੈਂ ਇਨਾ ਵੱਡਾ ਸਟੇਜਾਂ ਤੇ ਬੋਲਣ ਵਾਲਾ ਕਿ ਆਰਐਮਪੀ ਡਾਕਟਰਾਂ ਦੇ ਨਾਲ ਸਾਡੀ ਕੋਈ ਸਮੱਸਿਆ ਸੀਗੀ ਅਸੀਂ ਉਹਦੇ ਵਾਸਤੇ ਲੜੇ ਆ 25 ਸਾਲਾਂ ਤੋਂ ਲੜ ਰਹੇ ਆ ਪਰ ਜਿੱਥੋਂ ਤੱਕ ਪੋਲੀਟੀਕਲ ਲੀਡਰਾਂ ਦੇ ਬਾਰੇ ਤੇ ਸਾਰੀ ਦੁਨੀਆ ਜਾਣਦੀ ਆ ਕਿ ਇਹ ਲੋਕ 2-3 ਮਹੀਨਿਆਂ ਦੀ ਗੇਮ ਖੇល ਕੇ ਤਾਂ ਦੁਨੀਆ ਨੂੰ ਪਾੜ ਦਿੰਦੇ ਨੇ ਔਰ ਸਾਡੀਆਂ ਵੋਟਾਂ ਲੈ ਕੇ ਫਿਰ ਸਾਨੂੰ 5 ਸਾਲ ਛੜਕਾਂ ਦੇ ਉੱਤੇ ਰੁਲਣਾ ਪੈਂਦਾ ਅੱਜ ਪੰਜਾਬ ਦੇ ਕਿਸਾਨਾਂ ਦੇ ਕੋਲ ਇੱਕ ਬਹੁਤ ਵੱਡੀ ਗੱਲਬਾਤ ਹੈਗੀ ਆ ਅੱਜ ਜਿੰਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸਰਕਾਰ ਦੇ ਵਿਰੋਧ ਕਰੋਸ ਹੈਗਾ ਜਿਵੇਂ ਲੋਕ ਸੜਕਾਂ ਤੇ ਲੜ ਰਹੇ ਨੇ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਲੈ ਕੇ ਕਿ ਇਸ ਤਰ੍ਹਾਂ ਦੀ ਲੀਡਰਸ਼ਿਪ ਅੱਗੇ ਲਾ ਕੇ ਔਰ ਇਹਨਾਂ ਨੂੰ ਪੋਲੀਟੀਕਲ ਪੋਲਿਟਿਕਸ ਦੇ ਵਿੱਚ ਵੀ ਘੇਰਨਾ ਚਾਹੀਦਾ ਮੈਂ ਤੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਨੂੰ ਏ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੋਰਾਂ ਨੂੰ ਜੇ ਭਜਾਉਣਾ ਤੇ ਸਾਰੇ ਇਕੱਠੇ ਹੋ ਜੋ ਮੈਂ ਜਿਆਦਾ ਹੋਰ ਕੁਝ ਨਹੀਂ ਕਹਿਣਾ ਕਿਉਂਕਿ ਇਸ ਸਟੇਜ ਤੋਂ بڑے بڑے ਬਲਾਰੇ ਬੋਲਦੇ ਨੇ ਬਹੁਤ ਕੁਝ ਉਹਨਾਂ ਦੇ ਕੁਝ ਹੁੰਦਾ ਬੋਲਣ ਵਾਸਤੇ ਅਸੀਂ ਦੁਬਾਰਾ ਮੈਂ ਇਹ ਕਾਹਾਂਗਾ ਕਿ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਪੰਜਾਬ ਇਸ ਮਸਲੇ ਤੇ ਜੋ ਸਰਕਾਰ ਨੇ ਕਿਸਾਨਾਂ ਦੇ ਵਿਰੁੱਧ ਉਹਨਾਂ ਦੇ ਵਿਰੁੱਧ ਫੈਸਲੇ ਲਾਗੂ ਕੀਤੇ ਨੇ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣੇ ਆ ਸਾਡਾ ਇਸ ਕਿਸਾਨਾਂ ਨਾਲ ਗਰੀਬ ਮਜ਼ਦੂਰਾਂ ਨਾਲ ਨੌ ਮਾਸ ਦਾ ਰਿਸ਼ਤਾ ਵੀ ਅਸੀਂ ਵੀ ਬੈਠ ਨਹੀਂ ਸਕਦੇ ਔਰ ਕਿਸਾਨਾਂ ਦੇ ਨਾਲ ਅਸੀਂ ਹਰ ਜਗ੍ਹਾ ਤੇ ਖੜਾਂਗੇ ਜੈ ਹਾਂ ਜੀ